ਜੀ ਆਇਆਂ ਨੂੰ ਤਾਲੀਵਾਲ ਜੀ ਸਾਡੇ ਸਟੂਡੀਓ 'ਚ। ਅ ਧੰਨਵਾਦ ਤੁਹਾਡਾ ਤੇ ਨਾਲ ਹੀ ਸਮੂਹ ਦਰਸ਼ਕਾਂ ਦਾ ਹਾਰਦਿਕ ਧੰਨਵਾਦ। ਤਾਲੀਵਾਲ ਜੀ ਸਭ ਤੋਂ ਪਹਿਲਾਂ ਸਾਨੂੰ ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ ਦਾ ਕੀ ਇਤਿਹਾਸ ਹੈ? ਇਹਦੇ ਬਾਰੇ ਦੱਸੋ ਜੀ। ਦਰਅਸਲ ਪੱਤਰਕਾਰੀ ਜਿੱਥੇ ਵੀ ਪੰਜਾਬੀ ਸਾਇਤ ਸਭਿਆਚਾਰ ਅਤੇ ਪੱਤਰਕਾਰੀ ਦੀ ਗੱਲਬਾਤ ਹੁੰਦੀ ਹੈ ਉਸ ਦੇ ਆਰੰਭ ਦੇ ਵਿੱਚ ਇੱਕ ਬੜਾ ਜ਼ਰੂਰੀ ਹੈ ਕਿ ਉਸ ਚੌਖਟੇ ਦੇ ਵਿੱਚ ਪੱਤਰਕਾਰੀ ਦਾ ਵੈਸੇ ਕੀ ਅਰਥ ਹੈ? ਰਿਸਲ ਕੈਨੇਡਾ ਦੀ ਪੱਤਰਕਾਰੀ ਕਲਮ ਲਾ ਕੇ ਦੇਖੀ ਤਾਂ ਉਹਦੇ ਵਿੱਚੋਂ ਪੰਜਾਬੀ ਪੱਤਰਕਾਰੀ ਦਾ ਸਥਾਨ ਅਜੇ ਤੱਕ ਨਿਸ਼ਚਿਤ ਨਹੀਂ ਹੋ ਸਕਿਆ ਕਾਰਨ ਇਹ ਹੈ ਕਿ ਸਾਡੀ ਰਿਸਰਚ ਸਾਡਾ ਖੋਜ ਇਸ ਖੇਤਰ ਦੇ ਵਿੱਚ ਜਿੰਨੀ ਨਿਠ ਕੇ ਕੰਮ ਹੋਣਾ ਚਾਹੀਦਾ ਸੀ ਉਹ ਸਪੱਦਰਦਾ ਨਹੀਂ ਹੋਇਆ ਮੇਰੇ ਮਨ ਦੇ ਵਿੱਚ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਜਰਨਲਿਜ਼ਮ ਡਿਪਾਰਟਮੈਂਟ ਦੇ ਕੁਝ ਪ੍ਰੋਫੈਸਰ ਨਾਲ ਗੱਲਬਾਤ ਕਰਨ ਦਾ ਜਦੋਂ ਸੰਕਲਪ ਬਣਿਆ ਉਸ ਤੋਂ ਬਾਅਦ ਅਹਿਸਾਸ ਹੋਇਆ ਕਿ ਕੋਈ ਇੱਕ ਪੰਨਾ ਵੀ ਕੈਨੇਡੀਅਨ ਪੰਜਾਬੀ ਜਰਨਲਿਜ਼ਮ ਦਾ ਉਸ ਦੇ ਵਿੱਚ ਹੈ ਨਹੀਂ ਅੱਛਾ ਉਸ ਤੋਂ ਬਾਅਦ ਇਸ ਖੇਤਰ ਵੱਲ ਵਿਚਾਰ ਕਰਨਾ ਸ਼ੁਰੂ ਕੀਤਾ ਕੁਝ ਇੱਕ ਵਿਦਵਾਨਾਂ ਨੇ ਟਾਵੇਂ-ਟਾਵੇਂ ਪੱਧਰ ਤੇ ਕੁਝ ਲੇਖ ਲਿਖੇ ਜਿਨ੍ਹਾਂ ਦੇ ਵਿੱਚੋਂ ਕੁਝ ਜਾਣਕਾਰੀ ਮਿਲੀ ਅਤੇ ਕੁਝ ਇੱਕ ਜਿਹੜੇ ਪੁਰਾਣੇ ਸਰੋਤ ਆ ਉਹਨਾਂ ਤੋਂ ਇਨਫੋਰਮੇਸ਼ਨ ਮਿਲੀ ਸੋ ਸਾਰੇ ਇਸ ਰਿਸਰਚ ਤੋਂ ਬਾਅਦ ਇਹ ਪਤਾ ਲੱਗਿਆ ਕਿ ਅੱਜ ਤੋਂ ਪੂਰੇ 100 ਸਾਲ ਪਹਿਲਾਂ ਹਾਂਜੀ ਜਨਵਰੀ 1910 ਨੂੰ ਕੈਨੇਡਾ ਦੇ ਵਿੱਚ ਪਹਿਲਾ ਪੰਜਾਬੀ ਅਖਬਾਰ ਕੱਢਿਆ ਗਿਆ ਹਾਲਾਂਕਿ ਉਸ ਤੋਂ ਪਹਿਲਾਂ ਪੰਜਾਬੀ ਜ਼ਬਾਨ ਆ ਚੁੱਕੀ ਸੀ 1897 ਤੋਂ ਤਾਂ ਬਕਾਇਦਾ ਤੌਰ ਤੇ ਇਸ ਦੇ ਪ੍ਰਮਾਣਿਕ ਪੱਧਰ ਦੇ ਸਬੂਤ ਹਨ ਹਾਲਾਂਕਿ ਉਸ ਤੋਂ ਪਹਿਲਾਂ ਵੀ ਕਈ ਅੱਸੀਵਿਆਂ ਦੇ ਵਿੱਚ ਗੱਲ ਕਰਦੇ ਨੇ ਪਰ ਪੱਤਰਕਾਰੀ ਦੇ ਵਿੱਚ ਪਹਿਲਾ ਅਖਬਾਰ ਸੁਦੇਸ਼ ਸੇਵਕ ਜਿਹੜਾ ਕੈਨੇਡਾ ਦੀ ਧਰਤੀ ਤੇ ਪਹਿਲਾ ਪੰਜਾਬੀ ਅਖਬਾਰ ਸੀ ਉਹ ਉਸ ਹਾਲਾਤ ਦੇ ਵਿੱਚ ਕੱਢਿਆ ਗਿਆ ਜਦੋਂ ਕੈਨੇਡਾ ਦੇ ਵਿੱਚ ਪੰਜਾਬੀਆਂ ਨੇ ਦੇਸ਼ ਦੀ ਆਜ਼ਾਦੀ ਦੇ ਵਾਸਤੇ ਸੰਘਰਸ਼ ਰੰਮਿਆ ਉਸ ਵੇਲੇ ਖਾਲਸਾ ਦਿਵਾਨ ਸੁਸਾਇਟੀ ਇੱਕੋ ਇੱਕ ਐਸੀ ਸੰਸਥਾ ਸੀ ਉਹ ਵਾਹ ਸੰਸਥਾ ਜਿਸਨੇ ਇੱਕ ਪਾਸੇ ਧਾਰਮਿਕ ਪ੍ਰਚਾਰ ਲਈ ਦੂਸਰੇ ਪਾਸੇ ਦੇਸ਼ ਦੀ ਆਜ਼ਾਦੀ ਦੇ ਲਈ ਤੇ ਉਸ ਦੇ ਨਾਲ ਨਾਲ ਆਪਣੀ ਭਾਸ਼ਾ ਦੀ ਸੰਭਾਲ ਲਈ ਕੰਮ ਸ਼ੁਰੂ ਕੀਤਾ ਹੋਇਆ ਸੀ ਠੀਕ ਹੈ ਸੋ ਇੱਕ ਮਹਾਨ ਯੋਧੇ ਜਿਹੜੇ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਤ ਪਿੰਡ ਕਾਰੀਸਾਰੀ ਨਾਲ ਸਬੰਧਤ ਸਨ ਬਾਬੂ ਹਰਨਾਮ ਸਿੰਘ ਜੀ ਉਹਨਾਂ ਦੇ ਉਦਮ ਸਦਕਾ ਵੈਨਕੂਵਰ ਤੋਂ 1632 ਸੈਕਿੰਡ ਐਵੇਨਿਊ ਤੋਂ ਪਹਿਲਾ ਅਖਬਾਰ ਕੈਨੇਡਾ ਦੀ ਧਰਤੀ ਤੇ ਅੱਜ ਤੋਂ 100 ਸਾਲ ਪਹਿਲਾਂ ਨਿਕਲਿਆ ਜਿਸ ਦੇ ਵਿੱਚ ਉਹਨਾਂ ਦੇ ਜਿਹੜੇ ਅੰਗਰੇਜ਼ੀ ਹਿੱਸੇ ਦੇ ਪੇਪਰ ਦੇ ਸੰਪਾਦਕ ਸਨ ਉਹ ਗੁਰਾਂ ਦਿੱਤਾ ਕੁਮਾਰ ਸਨ ਹਾਂਜੀ ਇਹ ਪਹਿਲਾ ਪਰਚਾ ਸੀ ਜਿਹੜਾ ਹੱਥ ਲਿਖਤ ਸੀ ਸੋ ਇਸ ਤੇ ਬੜੀ ਮਿਹਨਤ ਕੀਤੀ ਉਹਨਾਂ ਬੜਾ ਉਦਮ ਕੀਤਾ ਅਤੇ ਕੈਨੇਡਾ ਦੇ ਪੰਜਾਬੀ ਪੱਤਰਕਾਰੀ ਦੇ ਇਤਿਹਾਸ ਵਿੱਚ ਇਹ ਵੀ ਗੱਲ ਜ਼ਿਕਰਯੋਗ ਹੈ ਕਿ ਇਹ ਪੱਤਰਕਾਰ ਜਿਹੜੇ ਸਨ ਇਹ ਕੇਵਲ ਕਲਮੀ ਪੱਤਰਕਾਰ ਨਹੀਂ ਸਨ ਇਹ ਕਰਮੀ ਪੱਤਰਕਾਰ ਵੀ ਸਨ ਇਹ ਐਕਟਿਵ ਜਰਨਲਿਜ਼ਮ ਦੀ ਉਦਾਹਰਣ ਸਨ ਇਹਨਾਂ ਨੇ ਉਸ ਵੇਲੇ ਵਿਸ਼ੇ ਵੀ ਚੁਣੇ ਦੇਸ਼ ਦੀ ਆਜ਼ਾਦੀ ਦੇ ਲਈ ਕਿਹੜੀਆਂ ਗੱਲਾਂ ਕਰਨੀਆਂ ਚਾਹੀਦੀਆਂ ਕੈਨੇਡਾ 'ਚ ਨਸਲਵਾਦ ਹੈ ਇਸ ਦਾ ਵਿਰੋਧ ਕਿਵੇਂ ਹੋਵੇ ਉਸ ਵੇਲੇ ਵੋਟ ਦਾ ਹੱਕ ਖੋਇਆ ਗਿਆ ਸੀ ਕੈਨੇਡੀਅਨ ਭਾਰਤੀਆਂ ਦੇ ਕੋਲੋਂ ਹਾਂਜੀ ਉਸ ਵੇਲੇ ਥਾਂ ਥਾਂ ਤੇ ਜਗ੍ਹਾ ਜਗ੍ਹਾ ਤੇ ਜਿੱਥੇ ਕਾਰੋਬਾਰ ਹੁੰਦੇ ਸਨ ਉੱਥੇ ਵਿਤਕਰੇ ਹੁੰਦੇ ਸਨ ਉਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਇਹਨਾਂ ਨੇ ਫੈਸਲਾ ਕੀਤਾ ਕਿ ਉਸਾਰੂ ਸਿਰਜਣਾਤਮਕ ਅਤੇ ਅਗਾਵਧੂ ਪੱਤਰਕਾਰੀ ਕੀਤੀ ਜਾਏ ਤਾੜੀਆਂ ਵਾਲੀ ਜਿਵੇਂ ਕਿ ਤੁਸੀਂ ਦੱਸਿਆ ਕਿ ਜਿਹੜਾ ਪੰਜਾਬੀ ਦਾ ਪਹਿਲਾ ਅਖਬਾਰ ਸੀ ਕੈਨੇਡਾ ਦੀ ਧਰਤੀ ਤੇ ਉਹ ਸਵਦੇਸ਼ ਸੇਵਕ ਸੀਗਾ ਜੀ ਇਹਦਾ ਇਤਿਹਾਸ ਥੋੜਾ ਤੁਸੀਂ ਦੱਸਿਆ ਹੈਗਾ ਕਿ ਕਦੋਂ ਸ਼ੁਰੂ ਹੋਇਆ ਤੇ ਇਹਦਾ ਲੋਕਾਂ ਇਸ ਅਖਬਾਰ ਲਈ ਲੋਕਾਂ ਦਾ ਕਿਹੋ ਜਿਹਾ ਹੰਗਾਰਾ ਸੀਗਾ ਤੇ ਇਹ ਕਿੰਨਾ ਚਿਰ ਅਖਬਾਰ ਚੱਲਦਾ ਰਿਹਾ ਜੀ ਅਸਲ 'ਚ ਲੋਕ ਹੰਗਾਰੇ ਦੀ ਗੱਲ ਕਰੀਏ ਤਾਂ ਕੈਨੇਡਾ 'ਚ ਉਸ ਵੇਲੇ ਇੱਕ ਲਹਿਰ ਸੀ ਉਹ ਲਹਿਰ ਸੀ ਕਿ ਇਸ ਧਰਤੀ ਤੇ ਆ ਕੇ ਅਸੀਂ ਆਪਣੇ ਵਤਨ ਨੂੰ ਵੀ ਆਜ਼ਾਦ ਕਰਾਉਣਾ ਤੇ ਇੱਥੇ ਵੀ ਨਸਲਵਾਦ ਦੇ ਖਿਲਾਫ ਡਟਣਾ ਹੈ ਹਾਂਜੀ ਸੋ ਦੋ ਧਾਰਾਾਂ માં ਉਸ ਵੇਲੇ ਵੀ ਚਲਦੀਆਂ ਸਨ ਹਮੇਸ਼ਾ ਹੀ ਅੱਜ ਵੀ ਨੇ ਸਦੀਆਂ ਹੀ ਰਹਿਣਗੀਆਂ ਇੱਕ ਪਾਸੇ ਵਫਾਦਾਰ ਇੱਕ ਪਾਸੇ ਗਦਰਾਰ ਇੱਕ ਪਾਸੇ ਲੋਕ ਹਤੈਸ਼ੀ ਇੱਕ ਪਾਸੇ ਲੋਕ ਵਿਰੋਧੀ ਹਾਂਜੀ ਪਰ ਹਰਨਾਮ ਸਿੰਘ ਕਾਰੀ ਸਾਰੀ ਹਰਾਂ ਦੀ ਸ਼ਖਸੀਅਤ ਕੁਝ ਇਸ ਤਰ੍ਹਾਂ ਦੀ ਸੀ ਕਿ ਉਹਨਾਂ ਨੇ ਖਾਲਸਾ ਦਵੰਸ ਸੁਸਾਇਟੀ ਤੋਂ ਲੈ ਕੇ ਲੋਕਾਂ ਤੱਕ ਐਸਾ ਸੰਪਰਕ ਕਾਇਮ ਕੀਤਾ ਕਿ ਸੁਦੇਸ਼ ਸੇਵਕ ਜਿਸ ਨੂੰ ਕਿ ਕਈ ਵਾਰ ਸਵਦੇਸ਼ ਸੇਵਕ ਵੀ ਕਿਹਾ ਜਾਂਦਾ ਹੈ ਇਸ ਪਰਚੇ ਨੂੰ ਹਰ ਘਰ ਤੱਕ ਹਰ ਵਿਅਕਤੀ ਤੱਕ ਹਰ ਰਹਿਣ ਵਾਲੇ ਤੱਕ ਪਹੁੰਚਾਉਣ ਦਾ ਉਦਦਮ ਕੀਤਾ ਗਿਆ। ਹਾਂਜੀ। 1910 ਤੋਂ ਲੈ ਕੇ ਇਹ ਪਰਚਾ ਜਦੋਂ ਜਾਰੀ ਹੋਇਆ ਉਸ ਤੋਂ ਕੁਝ ਸਮਾਂ ਬਾਅਦ ਸardar Harnaam Singh Kalsari ਨੂੰ ਅਮਰੀਕਾ ਗਿਆ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਬਾਅਦ ਦੇ ਵਿੱਚ ਪਾਬੰਦੀਆਂ ਵੀ ਉਹਨਾਂ ਤੇ ਲੱਗੀਆਂ ਤੇ ਇੱਕ ਸਮਾਂ ਆਇਆ ਕਿ ਇੱਥੋਂ ਇਹ ਪਰਚਾ ਰੋਕ ਦਿੱਤਾ ਗਿਆ। ਸਿਆਟਲ ਤੋਂ ਵੀ ਕੁਝ ਸਮਾਂ ਪਰਚਾ ਨਿਕਲਿਆ। ਅੱਛਾ। ਸੋ ਅਸੀਂ ਇਹ ਕਹਿ ਸਕਦੇ ਹਾਂ ਕਿ ਕੈਨੇਡਾ ਹੀ ਨਹੀਂ ਅਮਰੀਕਾ ਦੀ ਧਰਤੀ ਤੇ ਵੀ ਜਿਹੜਾ ਪਹਿਲਾ ਪੰਜਾਬੀ ਅਖਬਾਰ ਸੀ ਉਹ ਸੁਦੇਸ਼ ਸੇਵਕ ਸੀ ਕਿਉਂਕਿ ਉੱਥੋਂ ਵੀ ਕੁਝ ਸਮਾਂ ਇਹ ਪਰਚਾ ਜਾਰੀ ਹੋਇਆ ਤੇ ਇਸੇ ਦੌਰਾਨ 1912 ਦੇ ਸਫਰ ਤੱਕ ਕੁਝ ਬਿਲਾ ਸਿੰਘ ਵਰਗੇ ਲੋਕ ਹੌਪਕਿੰਸਨ ਵਰਗੇ ਜਿਹੜੇ ਕਿ ਸਰਕਾਰੀ ਝੋਲੀ ਚੁੱਕ ਸਨ ਤੇ ਜਿਨ੍ਹਾਂ ਦੀ ਕੋਸ਼ਿਸ਼ ਡਿਵਾਈਡ ਐਂਡ ਰੂਲ ਇਹੀ ਸੀ ਜੋ ਉਸ ਵੜੇ ਫਰੰਗੀ ਸਰਕਾਰ ਦੀ ਸੀ ਉਹਨਾਂ ਦੇ ਹੱਥ ਟੋਕੇ ਸਨ ਉਹਨਾਂ ਦੇ ਇਹੋ ਜਿਹੇ ਕੋਸ਼ਿਸ਼ਾਂ ਤੇ ਯਤਨਾਂ ਸਦਕਾ ਬਾਅਦ ਦੇ ਵਿੱਚ ਇਸ ਪਰਚੇ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਆਖਰਕਾਰ 12 ਦੇ ਅਖੀਰ ਤੱਕ ਇਹ ਪਰਚਾ ਜਿਹੜਾ ਹੈ ਬੰਦ ਹੋ ਗਿਆ ਉਸੇ ਦੌਰਾਨ ਇਸ ਗੱਲ ਨੂੰ ਸਾਰਿਆਂ ਨੇ ਸਵੀਕਾਰ ਕੀਤਾ ਕਿ ਜਿਹੜੇ ਇਸ ਦੇ ਪੱਤਰਕਾਰ ਸਨ ਉਹਨਾਂ ਦੀ ਦੇਸ਼ ਭਗਤੀ ਉਹਨਾਂ ਦੀ ਪੰਜਾਬੀ ਸਾਹਿਤ ਨੂੰ ਪੰਜਾਬੀ ਪੱਤਰਕਾਰੀ ਨੂੰ ਦੇਣ ਉਸ ਤੇ ਰਤਾ ਪਰ ਵੀ ਕੋਈ ਸ਼ੱਕ ਨਹੀਂ ਕੀਤਾ ਜਾ ਸਕਦਾ ਜਾਂ ਉਹਨਾਂ ਕਮੀ ਨਹੀਂ ਛੱਡੀ ਉਸ ਦੀ ਮਿਸਾਲ ਸਭ ਤੋਂ ਵੱਡੀ اے ਸੀ ਕੇ ਉਹ ਬਾਅਦ ਦੇ ਵਿੱਚ ਦੇਸ਼ ਚਲੇ ਗਏ ਹਾਂਜੀ ਭਾਰਤ ਗਏ ਉੱਥੇ ਜਾ ਕੇ ਵੀ ਗਦਰ ਲਹਿਰ ਨੂੰ ਸਮਰਪਿਤ ਰਹੇ ਅਤੇ ਕੈਨੇਡਾ ਦੇ ਇਤਿਹਾਸ ਦੇ ਪਹਿਲੇ ਪੰਜਾਬੀ ਪੱਤਰਕਾਰ ਪਹਿਲੇ ਸੰਪਾਦਕ ਸਰਦਾਰ ਹਰਨਾਮ ਸਿੰਘ ਕਾਰੀਸਾਰੀ ਹਾਂਜੀ ਉਹ 1916 ਵਿੱਚ ਸ਼ਹੀਦ ਹੋਏ ਸੋ ਇਹ ਬੜੇ ਮਾਣ ਵਾਲੀ ਗੱਲ ਹੈ ਤੇ ਬੜੇ ਇਤਿਹਾਸਿਕ ਸਬੂਤ ਦੇ ਤੌਰ ਤੇ ਕਹੀ ਜਾ ਸਕਦੀ ਹੈ ਜਦੋਂ ਅਸੀਂ ਕਹਿੰਦੇ ਹਾਂ ਕਿ ਪੱਤਰਕਾਰੀ ਦੇ ਵਿੱਚ ਕੈਨੇਡਾ ਦੇ ਵਿੱਚ ਪਹਿਲਾ ਕਿਹੜਾ ਸ਼ਹੀਦ ਪੱਤਰਕਾਰ ਹੋਇਆ ਤਾਂ ਉਸ ਦਾ ਜਿਹੜਾ ਸਿਹਰਾ ਕੈਨੇਡਾ ਦੇ ਪਹਿਲੇ ਪੰਜਾਬੀ ਅਖਬਾਰ ਦੇ ਪਹਿਲੇ ਸੰਪਾਦਕ ਦੇ ਸਰਵਭੈਦਾ ਹਰਨਾਮ ਸਿੰਘ ਗਾਰੀਸਾਰੀ ਨੇ ਜਿਹੜੀਆਂ ਪੈੜਾ ਪਾਈਆਂ ਇਹ ਸੱਚ ਹੈ ਕਿ ਅੱਜ ਅਸੀਂ ਉਹਨਾਂ ਦੇ ਪੂਰੇ ਉਤਰਨ ਦੇ ਖਰੇ ਉਤਰਨ ਦੇ ਯੋਗ ਤਾਂ ਨਹੀਂ ਪਰ ਇਹਨਾਂ ਜ਼ਰੂਰ ਹੈ ਕਿ ਐਕਟਿਵ ਜਰਨਲਿਜ਼ਮ ਨੂੰ ਲੈ ਕੇ ਜੋ ਉਹਨਾਂ ਨੇ ਕੋਸ਼ਿਸ਼ ਕੀਤੀ ਕੇਵਲ ਲਿਖ ਕੇ ਇਧਰੋਂ ਇਧਰੋਂ ਗੱਲਾਂ ਜੋੜ ਲੈਣੀਆਂ ਅਤੇ ਆਪਣੇ ਆਪ ਨੂੰ ਨਿਰਪੱਖ ਪੱਤਰਕਾਰ ਹੋਣ ਦਾ ਇੱਕ ਸਿਰਫ ਕਵਚ ਪਾ ਕੇ ਜਾਂ ਇੱਕ ਛਲਾਵਾ ਜਿਹਾ ਕ੍ਰੀਏਟ ਕਰਕੇ ਪੇਸ਼ ਕਰਨਾ ਉਹ ਨਹੀਂ ਬਲਕਿ ਸਹੀ ਨਾਲ ਖੜਨਾ ਤੇ ਗਲਤ ਨੂੰ ਕੰਡੈਮ ਕਰਨਾ ਇਹ ਉਹਨਾਂ ਨੇ ਪੱਤਰਕਾਰੀ ਦਾ ਇੱਕ ਵਧੀਆ ਜਿਹੜਾ ਮਿਆਰ ਕਾਇਮ ਕੀਤਾ ਸੀ